ਦੇਖ ਭਾਬੀ, ਜੇ ਮੇਰੇ ਕਰਕੇ ਤੁਹਾਨੂੰ ਐ ਲੱਗਦਾ ਨਾ ਵੀ ਇਸ ਘਰ ਚ ਕਲੇਸ਼ ਹੁੰਦਾ, ਕੋਈ ਗੱਲ ਨੀ, ਮੈਂ ਆਪੇ ਚਲੀ ਜਾਂਦੀ ਹਾਂ ਇੱਥੋਂ। ਵਗ ਜਾ ਭੈਣੇ, ਹੱਥ ਬੰਨਦੇ ਤੇਰੇ ਮੂਹਰੇ ਨਾ। ਸਹੀ ਗੱਲ ਆ, ਜੇ ਪਿਓ ਮੇਰਾ ਆਇਆ ਸੀ ਨਾ ਅੱਜ, ਉਹ ਵੀ ਮੈਨੂੰ ਨਾਲ ਲੈ ਕੇ ਜਾ ਸਕਦਾ ਸੀਗਾ, ਪਰ ਚੰਗਾ ਮਾਂ ਪਿਓ ਨਾ ਚੰਗੀ ਮੱਤ ਦੇ ਕੇ ਜਾਂਦਾ ਹੁੰਦਾ, ਤੇ ਤੇਰੀ ਮਾਂ ਨੇ ਤਾਂ ਤੈਨੂੰ ਘਰੇ ਬਿਠਾ ਰੱਖਿਆ, ਉਹ ਨੀ ਤੈਨੂੰ ਕਹਿ ਸਕਦੀ ਹੈਗੀ ਵੀ ਸਹੁਰੇ ਘਰ ਵਸ ਆਪਦਾ। ਕੁੜੀਆਂ ਤਾਂ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਨੇ, ਉੱਥੇ ਚਾਹੇ ਤੈਨੂੰ ਮਾਰਨ ਕੁੱਟਣ ਜੋ ਮਰਜ਼ੀ ਕਰਨ, ਸਾਨੂੰ ਉਹ ਤਾਂ ਕੋਈ ਲੈਣਾ ਦੇਣਾ ਨੀ। ਅੱਛਾ ਭੈਣੇ, ਇੰਨਾ ਕੁਛ ਹੋਇਆ ਤੁਹਾਡੇ ਨਾਲ? ਇਹ ਤਾਂ ਕੁਛ ਵੀ ਨਹੀਂ, ਅੱਗੇ ਸੁਣਦੀ ਰਹੀ ਤੂੰ ਹੋਰ ਕੀ ਹੋਇਆ। ਬੇਸ਼ਰਮੇ, ਕੱਢ ਲਈ ਜਲੂਸ, ਝਾਂਜਰਾਂ ਪਾ ਲੈ ਪੈਰਾਂ ਚ, ਤੇ ਵਿਹੜੇ ਚ ਜਾ ਕੇ ਨਾ ਤੇ ਨੱਚ ਠੁਮਕ ਠੁਮਕ ਲਾ, ਠੁਮਕੇ ਨਾਲ ਕੀ ਕਰਾਂ ਮੈਂ ਇਹਦਾ, ਕਿਉਂ ਜਲੂਸ ਕੱਢਿਆ ਸਾਡਾ? ਮੈਨੂੰ ਐ ਲੱਗਦਾ ਵੀ ਸਾਨੂੰ ਕੁਛ ਖਾ ਕੇ ਮਰਨਾ ਪਏਗਾ, ਤੇ ਨਹੀਂ ਹੇ ਰੱਬ ਸੱਚਾ ਤੂੰ ਮਰ ਜਾ। ਚਲੋ ਦੁਰਦਫਾ ਹੋ, ਨਿਕਲ ਬਾਹਰ, ਸ਼ਰਮੀ ਨੀ ਹੈਗੀ ਮਾੜੀ ਮੋਟੀ ਇਹਨੂੰ, ਜੀ ਤਾਂ ਕਰਦਾ ਤੇਰੀਆਂ ਲੱਤਾਂ ਤੋੜਦਾ, ਪਰ ਮੈਂ ਕਰਾਂ ਕੀ, ਸਾਰੇ ਮੇਰੇ ਸਿਰ ਤੇ ਟੱਪਦੇ ਨੇ, ਮੇਰੇ ਸਿਰ ਤੇ ਚੜ੍ਹਦੇ ਨੇ, ਪਿੰਡ ਚ ਅਸੀਂ ਕੀ ਮੂੰਹ ਵਿਖਾਈਏ, ਕੀ ਦੱਸੀਏ ਕਿਸੇ ਨੂੰ, ਇਹ ਕੀ ਏ, ਹਾਏ ਬੇ ਰੱਬਾ। ਅੱਛਾ ਉਹੀ ਝਿੜਕਦੀ ਹੈ ਦਾਦੀ, ਮੇਰਾ ਤਾਂ ਜੀ ਕਰਦਾ ਤੇਰਾ ਗਲਾ ਘੁੱਟ ਦਿਆਂ, ਆ ਵੇਖ ਲੈ ਲੱਛਣ ਲੱਛਣ ਵੇਖ ਲੈ ਵੇ ਕੀ ਨੇ। ਕੋਈ ਨੀ ਮੰਮੀ ਜੀ, ਮੈਂ ਕਹਿ ਦਿੰਨੀ ਆਗੀ, ਕਹਿ ਦਿੰਨੀ ਆ। ਨੀ ਇਹ ਐਡੇ ਤੋਂ ਐਡਾ ਹੋ ਗਿਆ, ਐਡਾ ਹੋ ਗਿਆ ਹੁਣ, ਜੇ ਤੂੰ ਹੁਣ ਨੀ ਸਮਝਾ ਸਕੀ ਤੇ ਇਹਨੂੰ ਫੇਰ ਕਦੋਂ ਸਮਝਾਏਗੀ ਵੀ ਕਿਉਂ ਸਾਡਾ ਪਿੰਡ ਚ ਜਲੂਸ ਕੱਢਿਆ ਏ, ਇਹਦਾ ਬੂਥਾ ਵੇਖ ਲਿਆ ਕਿਵੇਂ ਰੰਗਿਆ ਇਹਨੇ, ਬਸ ਆਹੀ ਕਸਰ ਰਹਿੰਦੀ ਸੀ, ਇਹੀ ਕੱਢ ਲੂਗਾ ਹੁਣ ਕੋ। ਕੋਈ ਨੀ ਮੰਮੀ ਜੀ, ਤੁਸੀਂ ਗੁੱਸੇ ਨਾ ਹੋਵੋ, ਮੈਂ ਉਹਨੂੰ ਸਮਝਾ ਦਿੰਦੀ ਹਾਂ। ਚੱਲ ਪੁੱਤ ਅੰਦਰ, ਸਮਝਾ ਲੇਗੀ ਤੂੰ, ਅਗਾਂਹ ਅਗਾਂਹ ਤੇਰਾ ਤਾਂ ਸਮਝਣ ਲੱਗਿਆ। ਕੀ ਕਵਾਂ ਕੀ ਕਰਾਂ, ਮੇਰੀ ਤਾਂ ਪੇਸ਼ ਨੀ ਜਾਂਦੀ ਕੋਈ। ਬੈਠ ਇੱਥੇ, ਪਹਿਲਾਂ ਮੈਂ ਦੱਸ ਆਹ ਸਭ ਕਰਨ ਨੂੰ ਤੈਨੂੰ ਕਿਹਨੇ ਕਿਹਾ, ਉਤਾਰੇ ਨੂੰ। ਮੈਂ ਦਿਲ ਕਰਦਾ ਸੀ, ਮੈਂ ਦਾਦੀ ਦਾ ਮੈਨੂੰ ਉਈਓ ਝਿੜਕੀ ਜਾਂਦੀ ਆ, ਬਿਨ ਮਤਲਬ ਤੂੰ ਰੋਜ਼ ਮੈਨੂੰ ਘੂਰਦੀ ਆ। ਪੁੱਤ ਉਹ ਤੈਨੂੰ ਬੇਮਤਲਬ ਤਾਂ ਨਹੀਂ ਬੋਲਦੀ ਹੈਗੀ, ਤੂੰ ਹਜੇ ਨਿਆਣਾ, ਕੋਈ ਗੱਲ ਨੀ ਤੈਨੂੰ ਆਪੇ ਹੌਲੀ ਹੌਲੀ ਸਮਝ ਆ ਜੂਗੀ, ਪਹਿਲਾਂ ਤਾਂ ਸਭ ਉਤਾਰ, ਅੱਗੇ ਤੋਂ ਬਾਅਦ ਕਦੇ ਵੀ ਆਹ ਕੁਛ ਨੀ ਕਰਨਾ, ਠੀਕ ਹੈ? ਮੈਂ ਦਿਲ ਕਰਦਾ ਸੀ, ਮੈਂ ਤਾਂ ਕਰ ਲਿਆ, ਦਿਲ ਕਰਦਾ ਸੀ।
ਤੈਨੂੰ ਪਤਾ ਨਾ ਦਾਦੀ ਮੰਮਾ ਦੇ ਕਿਸੇ ਵੀ ਗੱਲ ਦਾ ਗੁੱਸਾ ਨਹੀਂ ਕਰਨਾ ਤੈਨੂੰ, ਠੀਕ ਹੈ? ਮੰਮਾ ਫਿਰ ਮੈਂ ਜਾ ਕੇ ਬਾਹਰ ਖੇਲਿਆ ਵਾ। ਉੱਥੇ ਤੂੰ ਘਰੇ ਆਰਾਮ ਕਰ ਲੈ, ਇੰਨੀ ਤਾਂ ਗਰਮੀ ਪੈਂਦੀ ਹੈ। ਚੱਲ ਠੀਕ ਹੈ, ਐ ਕਰੀ ਆ ਮੂੰਹ ਧੋ ਕੇ ਵਗ ਜੀ, ਚੰਗਾ? ਨਾਲੇ ਟਾਈਮ ਸੀ ਰਾਜੀ, ਨਹੀਂ ਤੈਨੂੰ ਪਤਾ ਫਿਰ ਤੇਰੀ ਦਾਦੀ ਨੇ ਫਿਰ ਬੋਲਣ ਲੱਗ ਜਾਣਾ। ਠੀਕ ਆ ਮੰਮਾ, ਵਗ ਜਾ। ਕੀ ਕਰਾਂ ਮੈਂ ਹੁਣ, ਕਿਵੇਂ ਸਮਝਾਵਾਂ ਇਹਨੂੰ? ਮੈਂ ਤਾਂ ਵਿੱਚ ਵਿਚਾਲੇ ਵਰਤੀ ਹੁੰਦੀ, ਨਾ ਤਾਂ ਇਹਨੂੰ ਕੁਛ ਕਹਿ ਸਕਦੀ ਤੇ ਨਾ ਹੀ ਮਾਂ ਨੂੰ ਕੁਛ ਕਹਿ ਸਕਦੀ ਹੈਗੀ। ਹੁਣ ਕੀ ਹੋਇਆ ਮੰਮੀ ਜੀ? ਇਹਨੂੰ ਸੁਗਾਤ ਨੂੰ ਸਾਂਭ ਲਿਆ ਕਰ, ਰੱਸਾ ਖੁੱਲਾ ਛੱਡਿਆ ਇਹਦਾ, ਵੀ ਜਦ ਜਿੱਥੇ ਮਰਜ਼ੀ ਜਾ ਭੌਂਕਦਾ ਫਿਰ। ਪਰ ਮੰਮੀ ਦੀ ਗੱਲ ਤਾਂ ਦੱਸ ਦੋ, ਹੋਈ ਕੀ ਆ? ਬੇਚਾਰਾ ਖੇਡਣ ਗਿਆ ਸੀਗਾ, ਫੇਰ ਕੀ ਹੋ ਗਿਆ? ਬੱਚਾ ਜੇ ਖੇਡੂਗਾ ਨਹੀਂ ਤਾਂ ਹੋਰ ਕੀ ਹੋਊਗਾ? ਤੈਨੂੰ ਪਤਾ ਨਹੀਂ ਹੈਗਾ, ਇਹਨੂੰ ਬਾਹਰ ਤੋਰਦੇ ਨਹੀਂ ਖੇਡਣ ਵਾਸਤੇ, ਉੱਥੇ ਕੁੜੀਆਂ 'ਚ ਖੇਡੀ ਜਾਂਦਾ ਸੀ ਜਾ ਕੇ। ਇਹਦੀ ਤਾਂ ਉਹ ਗੱਲ ਹੈ, ਆਖੇ ਜਾਤ ਗੁੱਜੀ ਨਹੀਂ ਰਹਿੰਦੀ ਜੁੱਲੀਆਂ ਚੁੱਕ ਤੁਰਦੀ। ਉੱਥੇ ਨਾ ਕੁੜੀਆਂ ਦੇ ਵਿੱਚ ਗਿੱਧਾ ਪਾ ਪਾ ਕੇ ਨੱਚਦਾ ਸੀ ਪਿਆ, ਕਿਉਂ ਜਲੂਸ ਕੱਢਿਆ ਸਾਡਾ? ਕਿਤੇ ਛੱਡ ਦੋ ਮੂੰਹ ਵਿਖਾਉਣ ਜੋਗਾ ਸਾਨੂੰ ਪਿੰਡ 'ਚ। ਇਹਨੂੰ ਸਾਂਭ ਲੈ, ਇਹਨੂੰ ਘਰੇ ਰੱਖ ਲਿਆ ਘਰ। ਮੰਮੀ ਜੀ ਹੁਣ ਮੈਂ ਕਰ ਵੀ ਕੀ ਸਕਦੀ ਹਾਂਗੀ? ਇਹਨੂੰ ਤਾਂ ਸਾਰੀ ਦਿਹਾੜੀ ਅੰਦਰ ਵੀ ਨਹੀਂ ਨਾ ਮੈਂ ਬੰਨ ਕੇ ਰੱਖ ਸਕਦੀ ਹੈਗੀ। ਚਲੋ ਤੁਸੀਂ ਮਾੜਾ ਜਿਹਾ ਪਿਆਰ ਨਾਲ ਸਮਝਾ ਦਿਓ। ਮੈਨੂੰ ਕਹਿੰਦੀ ਹੈ ਵੀ ਪਿਆਰ ਨਾਲ ਸਮਝਾ ਲੈ ਇਹਨੂੰ, ਮੇਰੇ ਸਮਝਾਇਆ ਸਮਝਦਾ ਇਹ ਨਹੀਂ? ਇਹਨਾਂ ਨੂੰ ਨੱਥ ਪਾਲਾ ਮਾੜੀ ਮੋਟੀ ਨੱਥ, ਕਿਉਂ ਸਾਡੇ ਘਰ ਦਾ ਜਲੂਸ ਕੱਢਿਆ? ਅਰਮਨ ਕਿਉਂ ਘਰ ਸਿਰ ਤੇ ਚੱਕਿਆ? 24 ਘੰਟੇ ਜਵਾਕਾਂ ਨਾਲ ਲੜਦੀ ਰਹਿੰਦੀ ਆ, ਮਾੜੀ ਮੋਟੀ ਅਕਲ ਨੂੰ ਹੱਥ ਮਾਰ ਲਾ। ਜਵਾਨ ਪੁੱਤ ਚਲਾ ਗਿਆ, ਤੈਨੂੰ ਹਜੇ ਵੀ ਨਹੀਂ ਕੋਈ ਸਮਝ ਪੈਂਦੀ? ਇਹਨਾਂ ਨਾਲ ਹੀ ਰੌਣਕਾਂ ਪਾਗਲੇ, ਮਾੜਾ ਮੋਟਾ ਸੋਚ ਲਾ ਕੁਝ। ਮੇਰੇ ਤੋਂ ਜ਼ਿਆਦਾ ਦੁੱਖ ਕਿਹਨੂੰ ਹੈ ਮੁੰਡਾ ਜਾਣਦਾ? ਪਤਾ ਮੈਨੂੰ ਹੈ ਨਾ, ਜਿਹੜੀ ਮੈਂ ਬਾਹਰ ਲੋਕਾਂ ਦੀਆਂ ਸੁਣਦੀ ਹਾਂ, ਜੇ ਕਿਸੇ ਦੇ ਘਰੇ ਚਲੀ ਜਾਂ ਤਾਂ ਸਾਡੀ ਰਾਮਲੀਲਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ, ਜੇ ਕਿਸੇ ਦੇ ਬੈਠਣ ਉੱਠਣ ਤੁਰ ਜਾਂ ਤਾਂ ਸਾਡੀ ਰਾਮਲੀਲਾ ਸ਼ੁਰੂ ਹੋ ਜਾਂਦੀ ਹੈ। ਮੈਂ ਤਾਂ ਨਾ ਨੱਕ ਡਬੋ ਕੇ ਮਰਨ ਜੋਗੀ ਹੋਈ ਪਈ ਹਾਂ, ਹਜੇ ਮੈਨੂੰ ਹੀ ਕਹਿੰਦੇ ਹੋ? ਮੇਰੀ ਗੱਲ ਸੁਣ ਲਾ, ਨਾਲੇ ਲੋਕਾਂ ਦੇ ਪਿੱਛੇ ਨਹੀਂ ਲੱਗੀ ਦਾ, ਇਹਦਾ ਬਹੁਤ ਕੁਛ ਕਹਿੰਦੇ ਨੇ, ਆਪਾਂ ਆਪਦਾ ਘਰ ਦੇਖਣਾ, ਲੋਕ ਨਹੀਂ ਦੇਖਣੇ। ਸੁਣਨੀਆਂ ਬੜੀਆਂ ਔਖੀਆਂ ਹੁੰਦੀਆਂ ਨੇ, ਸੁਣਦੀ ਆ ਨਾ ਮੈਂ, ਤੁਹਾਨੂੰ ਕਿਹੜਾ ਕਿਸੇ ਨੇ ਕੁਛ ਕਿਹਾ ਹੋਣਾ? ਸਾਰੇ ਕਹਿੰਦੇ ਨੇ ਆਪਦਾ ਸਮਾਂ ਆਪ ਦੇਖੀ ਨਾ ਹੁੰਦਾ। ਲੱਗ ਚੱਲ ਪੁੱਤੇ ਨੂੰ, ਇਹਨੂੰ ਵੀ ਵਾਰੀ ਆਖਿਆ ਸਮਝਾ ਲੈ, ਇਹਨੂੰ ਮਾੜਾ ਮੋਟਾ ਕੁਛ ਸਮਝਾ ਲੈ, ਪਰ ਇਹਦੇ ਕੰਨ ਤੇ ਜੂ ਨੀ ਸਰਕਦੀ। ਸਮਝ ਜੂਗੀ, ਬੈਠ ਇੱਥੇ, ਤੂੰ ਟਿੱਕੇ ਕਿਉਂ ਨੀ ਬਹਿੰਦਾ? ਪਹਿਲਾਂ ਮੈਨੂੰ ਇਹ ਦੱਸ, ਤੈਨੂੰ ਸਮਝ ਨੀ ਆਉਂਦੀ ਇੱਕ ਵਾਰੀ ਕਿਸੇ ਤੇ ਕਿ ਮੈਂ ਹੀ ਪਾਗਲਾਂਗੀ? ਹੁਣ ਤਾਂ ਤੇਰੇ ਵੀ ਕਾਰ ਚ ਠੰਡ ਪੈ ਗਈ ਹੋਣੀ ਨਾ, ਹਾਂ ਸਭ ਕਰਦਾ ਜੋ ਤੂੰ। ਆ ਦੇਖ ਮੈਂ ਤੇਰੇ ਅੱਗੇ ਹੱਥ ਜੋੜਦੀ ਆ, ਤੂੰ ਨਾ ਮੇਰੀ ਬੇਇੱਜ਼ਤੀ ਕਰਵਾ ਇਹਨਾਂ ਤੋਂ। ਮੰਮਾ ਜੀ ਫਿਰ ਕੀ ਹੋਇਆ? ਮੈਂ ਖੇਡਣ ਵਗ ਗਿਆ,
ਉੱਥੇ ਸਾਰੀ ਤਾਂ ਖੇਡ ਰਹੇ ਸੀਗੇ। ਮੰਨਦੀ ਆ ਮੈਂ ਉੱਥੇ ਸਾਰੇ ਖੇਡ ਰਹੇ ਸੀਗੇ, ਪਰ ਉਹਨਾਂ ਚ ਕੋਈ ਮੁੰਡਾ ਤਾਂ ਨਹੀਂ ਸੀ। ਤੈਨੂੰ ਚੰਗਾ ਲੱਗਦਾ ਜਦੋਂ ਰੋਜ਼ ਇਹ ਮੇਰੀ ਬੇਇੱਜ਼ਤੀ ਕਰਦੇ ਨੇ? ਕਿਉਂ ਨੀ ਸਮਝਦਾ ਤੂੰ ਇਹਨਾਂ ਗੱਲਾਂ ਨੂੰ? ਤੇਰਾ ਤਾਂ ਪਿਓ ਵੀ ਨੀ ਹੈਗਾ ਕਿ ਉਹ ਹੀ ਮੂਹਰੇ ਹੋ ਕੇ ਸਾਂਭ ਲੈਂਦਾ। ਤੈਨੂੰ ਪਤਾ ਮੈਂ ਇੱਥੇ ਕਿੰਨੇ ਔਖੇ ਦਿਨ ਕੱਟ ਰਹੀ ਹੈਗੀ। ਮੈਨੂੰ ਪੁੱਛ ਕੇ ਦੇਖ, ਘੱਟੋ ਘੱਟ ਤੂੰ ਮੇਰੇ ਵੱਲ ਹੀ ਦੇਖ ਲਾ। ਕਿਉਂ ਨੀ ਦਿਮਾਗ ਚ ਵੜਦੀ ਤੇਰੇ ਇਹ ਗੱਲਾਂ? ਦੇਖ ਮੈਨੂੰ ਚੰਗਾ ਨੀ ਲੱਗਦਾ ਕਿ ਮੈਂ ਤੈਨੂੰ ਰੋਜ਼ ਰੋਜ਼ ਬਿਨਾਂ ਮਤਲਬ ਤੋਂ ਟੋਕਾਂ, ਪਰ ਤੂੰ ਇਹੋ ਜਿਹੀਆਂ ਗਲਤੀਆਂ ਕਰਦਾ ਕਿ ਮੈਨੂੰ ਬੋਲਣਾ ਪੈਂਦਾ। ਜਿਹੜਾ ਕੁਛ ਹੋਣਾ ਸੀ ਹੋ ਗਿਆ, ਪਰ ਅੱਗੇ ਤੇ ਧਿਆਨ ਰੱਖੀ ਠੀਕ ਆ? ਹੋਰ ਕੀ ਹਾਲ ਚਾਲ ਆ ਹਰਮੇਸ਼ਾ? ਠੀਕ ਆ? ਹੋਰ ਕੀ ਗੱਲ ਕਮੇਂ ਟੈਨਸ਼ਨ ਦੀ ਅੱਜ ਕੱਲ? ਕੀ ਦੱਸਾਂ ਤੈਨੂੰ ਹਰਮੇਸ਼ਾ, ਜਿਹਦਾ ਨੌਜਵਾਨ ਪੁੱਤ ਚਲਾ ਗਿਆ ਹੋਵੇ ਘਰੇ, ਨੂੰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ, ਉੱਪਰੋਂ ਘਰ ਦੇ ਵਿੱਚ ਕਲੇਸ਼, ਕਿਵੇਂ ਬੰਦਾ ਸੁੱਖ ਦਾ ਸਾਹ ਲੈ ਸਕਦਾ ਯਾਰ? ਮੈਂ ਖੁਦ ਬਹੁਤ ਦੁਖੀ ਹਾਂ। ਹਾਜੀ ਸਾਹਿਬ ਇਹਦਾ ਮਸਲਾ ਹੈਗਾ ਜੀ, ਤੁਸੀਂ ਬੱਚੇ ਨੂੰ ਡੇਰੇ ਕਰਨ ਛੱਡਦੇ, ਨਾਲੇ ਘਰ ਚ ਸੁੱਖ ਸ਼ਾਂਤੀ ਨਾਲ ਬੱਚਾ ਠੀਕ। ਮੈਂ ਕਿਹੜੇ ਹੌਸਲੇ ਨਾਲ ਪਰਵੀਨ ਨਾਲ ਗੱਲ ਕਰਾਂ, ਕਿਵੇਂ ਗੱਲ ਕਰਾਂ ਉਹਦੇ ਨਾਲ? ਜੱਸੀ ਕਰਕੇ ਤਾਂ ਬਿਲਕੁਲ ਟੁੱਟੀ ਪਈ ਆ, ਇੱਕ ਬੱਚੇ ਦਾ ਸਹਾਰਾ, ਉਹ ਵੀ ਉਹਨੂੰ ਦੂਰ ਕਰਦੇ ਆ, ਕਿਵੇਂ ਕੰਮ ਚੱਲੂਗਾ? ਬੀਤਾ ਜੀ ਫਿਰ ਤੁਹਾਨੂੰ ਘਰੇ ਸਮਝਾਉਣਾ ਪਊ, ਸਮਝੌਤਾ ਕਰਨਾ ਪੈਣਾ ਬਾਜੀ ਸਾਹਿਬ। ਚੱਲ ਅੱਜ ਮੈਂ ਪਰਵੀਨ ਨਾਲ ਗੱਲ ਕਰਕੇ ਦੇਖਦਾ। ਪਰਵੀਨਾ, ਪਰਵੀਨ ਕੀ ਹੋਇਆ, ਰੋ ਕੇ ਕੁਝ ਬਣਨਾ? ਪਰਵੀਨ ਫਿਰ ਹੋਰ ਕੀ ਕਰਾਂ ਡੈਡੀ ਜੀ, ਮੈਨੂੰ ਤੁਸੀਂ ਆਪ ਹੀ ਦੱਸੋ ਕਿਹੜੇ ਖੂਹ ਖਾਤੇ ਚ ਡਿੱਗ ਜਾ ਮੈਂ। ਹੁਣ ਹੌਸਲਾ ਰੱਖ ਲੈ ਪੁੱਤ, ਦੁਕਾਨ ਤੇ ਜਾ ਕੇ ਚੀਜ਼ੀ ਲਿਆ। ਪਰਵੀਨ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ, ਪੁੱਤ ਕਿਉਂ ਨਾ ਆਪਾਂ ਇਹਨੂੰ ਮਹੰਤਾਂ ਨੂੰ ਦੇ ਦਈਏ ਬੱਚੇ ਨੂੰ ਸਾਰਾ ਕੁਝ। ਆ ਕੀ ਕਹਿ ਰਹੇ ਹੋ ਡੈਡੀ ਜੀ ਤੁਸੀਂ, ਤੁਹਾਨੂੰ ਹੋਸ਼ ਵੀ ਆ? ਇਹਦੀ ਉੱਥੇ ਜ਼ਿੰਦਗੀ ਬਣ ਜੂਗੀ, ਮਾੜਾ ਮੋਟਾ ਸੋਚ ਲਾ ਕੁਝ। ਕਿਉਂ ਡੈਡੀ ਜੀ, ਇੱਥੇ ਕੀ ਹੋਇਆ, ਇੱਥੇ ਕੀ ਇਹਦੀ ਜ਼ਿੰਦਗੀ ਨਰਕ ਆ ਗਈ? ਆ ਤੇਰੀ ਮਾਂ ਵੀ ਤਾਂ ਉਹਦੇ ਨਾਲ ਕਲੇਸ਼ ਕਰਦੀ ਰਹਿੰਦੀ ਆ, ਉਹਦੇ ਕਰਕੇ ਕਿੰਨਾ ਕਲੇਸ਼ ਆਪਣੇ ਪਿਆ ਹੋਇਆ। ਡੈਡੀ ਜੀ ਤੁਸੀਂ ਮੰਮੀ ਨਾਲ ਕਿਉਂ ਨੀ ਗੱਲ ਕਰਦੇ, ਕਿਉਂ ਨੀ ਸਮਝਾਉਂਦੇ ਹੈਗੇ ਕਿ ਉਹ ਜਵਾਕ ਆ ਉਹਦੇ ਹੱਥ ਵਸ ਚ ਕਿਹੜਾ ਕੁਛ ਹੈਗਾ ਗਾ? ਜੱਸੀ ਦੇ ਜਾਣ ਤੋਂ ਬਾਅਦ ਨਾ ਮੈਥੋਂ ਨਾ ਤੇਰਾ ਦੁੱਖ ਦੇਖਿਆ ਨੀ ਜਾਂਦਾ, 24 ਘੰਟੇ ਘਰ ਦੇ ਵਿੱਚ ਕਲੇਸ਼ ਰਹਿੰਦਾ। ਮੈਂ ਇਹੀ ਸੋਚਿਆ ਵੀ ਕਿਉਂ ਨਾ ਕਿ ਇਹ ਬੱਚੇ ਨੂੰ ਆਪਾਂ ਮਹੰਤਾਂ ਨੂੰ ਦੇ ਦਈਏ। ਡੈਡੀ ਜੀ ਮੈਨੂੰ ਨਾ ਆਪਣੀ ਜਾਨ ਦੇਣੀ ਮੰਜ਼ੂਰ, ਮੈਂ ਉਹਦੇ ਬੱਚੇ ਨੂੰ ਨੀ ਕਿਸੇ ਨੂੰ ਵੀ ਦੇ ਸਕਦੀ। ਤੁਸੀਂ ਆਪ ਹੀ ਦੱਸੋ ਮੈਂ ਕਿਵੇਂ ਇਹਨੂੰ ਅਲੱਗ ਕਰ ਦਵਾਂ ਆਪਣੇ ਤੋਂ। ਜੋ ਮਰਜ਼ੀ ਆ, ਲੋਕ ਜੋ ਮਰਜ਼ੀ ਸਮਝਣ, ਹੁਣ ਮੈਨੂੰ ਪਤਾ ਨਾ ਮੇਰੇ ਲਈ ਕੀ ਆ ਉਹ। ਕਦੇ ਮੈਨੂੰ ਪੁੱਛਿਆ ਕਿਸੇ ਨੇ, ਜਿਹੜਾ ਕੋਈ ਆਉਂਦਾ ਆ ਕੇ ਮੈਨੂੰ ਬੋਲ ਕੇ ਚਲਾ ਜਾਂਦਾ। ਰੋਜ਼ ਸੁਣਦੀ ਆ ਮੈਂ ਕਿ ਗੱਲ ਮੇਰਾ ਦਿਲ ਨੀ ਹੈਗਾ। ਦੁਖੀ ਤਾਂ ਮੈਂ ਆ, ਤੁਹਾਡੇ ਵਿੱਚ ਦੁਖੀ ਤਾਂ ਮੈਂ ਆ, ਜਵਾਨ ਪੁੱਤ ਚਲਾ ਗਿਆ, ਦੁਖੀ ਤੈਨੂੰ ਦੇਖਦਾ ਮੈਂ, ਉਧਰੋਂ ਤੇਰੀ ਮਾਂ ਇੰਨਾ ਕੁਝ ਬੋਲਦੀ ਆ, ਕੀ ਕਰਾਂ ਮੈਂ? ਦੱਸ ਮੇਰਾ ਕੁਝ ਮੇਰੇ ਕਰਕੇ ਹੁੰਦਾ ਨਾ ਡੈਡੀ ਜੀ, ਮੈਂ ਕਿਹੜੇ ਕਿਸੇ ਨੂੰ ਕਹਿ ਰਹੀ ਆ? ਮੰਨਦੀ ਆ ਮੈਂ ਜੀ ਮੈਂ। ਚਲ ਹੌਸਲਾ ਰੱਖ।
ਹੁਣ ਰੋਲਾ ਇੱਥੇ ਵੀ ਕੱਪੜਾ ਵਿਛਾਲਾ ਜੇ ਨਹੀਂ ਢਿੱਡ ਭਰਦਾ ਤੇਰਾ ਰੋ ਰੋ ਕੇ ਇੱਕ ਆ ਬੇਸ ਬਣਾ ਲੈਂਦੀ ਹੈ ਐ ਥੋੜੀ ਹੈ ਵੀ ਕਿਸੇ ਨੇ ਘਰੇ ਆਉਣਾ ਤਾਂ ਕੱਪੜਾ ਲੀੜਾ ਚੱਜ ਦਾ ਪਾ ਲੂਗੀ ਜਲੂਸ ਕੱਢ ਕੇ ਰੱਖਿਆ ਸਾਡੇ ਇਹਨਾਂ ਕੰਜਰਾਂ ਨੇ ਕੋਈ ਨਾ ਕੋਈ ਮੌਕਾ ਛੱਡ ਦਿਆ ਕਰ ਲੜਨ ਕਿੰਨੀ ਹੋ ਤੂੰ ਅੱਛਾ ਮੈਂ ਹੀ ਲੜਦੀ ਆ ਦੇਖਾ ਲੜਾਈ ਆ ਤਾਂ ਸਾਗਰ ਦਾ ਦਿਨ ਸੀ ਮਸਾਂ ਜਾਣੂ ਦੇਖਣ ਆਏ ਸੀ ਤੇਰੇ ਕਲੇਸ਼ ਲੈ ਕੇ ਬੈਠੂ ਕਿਸੇ ਨਾ ਕਿਸੇ ਨੂੰ ਹੋਰ ਮੇਰਾ ਕਲੇਸ਼ ਲੈ ਕੇ ਬੈਠੂ ਮੇਰੇ ਕਸੂਰ ਕੱਢਿਆ ਕਰ ਮੈਂ ਭਜਾਏ ਨੇ ਉਹ ਕਰ ਰਿਹਾ ਰਿਸ਼ਤੇ ਉਹਨੂੰ ਫਿਰ ਆਰ ਸਿੰਗਰ ਸੋਧਦਾ ਉਹਨੂੰ ਸਿਰ ਦਾ ਸਾਈਂ ਜੀ ਦਾ ਉੱਠ ਗਿਆ ਹੋਵੇ ਮਾੜਾ ਮੋਟਾ ਕਿਸੇ ਚੱਜ ਦੇ ਦਿਨ ਤਾਂ ਚਾਹੀਦਾ ਮਾੜਾ ਮੋਟਾ ਕੱਪੜਾ ਲੀੜਾ ਪਾਉਣ ਨੂੰ ਕਿਉਂ ਮੈਨੂੰ ਕੋਈ ਦੁੱਖ ਨਹੀਂ ਮੇਰਾ ਕੀ ਕੁਛ ਲੱਗਦਾ ਨਹੀਂ ਸੀ ਉਹ ਮੈਨੂੰ ਬਗਾਨਾ ਸੀ ਇਸੇ ਨੂੰ ਜ਼ਿਆਦਾ ਸੋਗ ਹੈ ਹੁਣ ਦੇ ਗਿਆ ਨਾ ਜਵਾਬ ਚੰਗੇ ਰਿਹਾ ਕਰ ਲਓ ਰਿਸ਼ਤੇ ਨਾਨੀ ਤੇ ਫੜ ਕੇ ਜਲੂਸ ਕੱਢ ਕੇ ਰੱਖ ਦਿੱਤਾ ਸਾਡੇ ਘਰ ਦਾ ਜੇ ਅੱਜ ਮੇਰਾ ਪੁੱਤ ਹੁੰਦਾ ਧਿਆਨ ਆ ਦਿਨ ਦੇਖਣ ਨੂੰ ਮਿਲਦੇ ਮੈਂ ਮਰ ਜਾ ਇਹ ਘਰ ਨੀ ਇਹ ਤਾਂ ਹੁਣ ਨਚਾਰਾਂ ਦਾ ਵਿਹੜਾ ਬਣ ਗਿਆ ਵੇਖ ਲੱਛਣ ਇਹਦੇ ਜੰਨਤਾ ਵੇਖਿਆ ਕੀ ਜਲੂਸ ਕੱਢਦਾ ਪਿਆ ਤੇਰੇ ਨੂੰ ਜਾ ਕੇ ਇਹਨਾਂ ਨੇ ਤਾਂ ਨਾ ਮੈਨੂੰ ਮਰ ਜੋਗੀ ਕਰ ਦਿੱਤਾ ਇਹਨਾਂ ਨੇ ਖਾਨ ਮਾਰਾ ਮੈਨੂੰ ਨਾ ਕਮਰੇ ਤੋਲੇ ਨੇ ਨੱਚਣ ਲੱਗਿਆ ਤੇ ਚੁੰਨੀਆਂ ਲੈ ਲੈ ਕੇ ਕੀ ਗਾਹ ਪਾਇਆ ਨਾ ਮੇਕਅਪ ਦਾ ਖੰਡਾ ਖੰਡਾ ਕੇ ਤੇ ਬੈਡਾ ਤੇ ਮੈਂ ਮਰ ਕਿਉਂ ਨੀ ਗਈ ਡੈਡੀ ਜੀ ਮੈਂ ਤਾਂ ਬਹੁਤ ਸਮਝਾਉਂਦੀ ਹਾਂ ਫੜ ਕੇ ਅੰਦਰ ਪਾਉਣੀ ਲਾਇਆ ਕਰ ਇਹਦੀ ਵਿਆਹ ਕੰਮ ਕਰਨਾ ਧਿਆਨ ਨਹੀਂ ਕਰਨਾ ਲੱਤਾਂ ਦੇ ਭੂਤ ਨਾ ਪਿਆਰ ਨਾਲ ਨੀ ਸਮਝ ਦਿੰਦੇ ਮੰਮੀ ਜੀ ਤੁਹਾਡੇ ਅੱਗੇ ਮੈਂ ਹੱਥ ਜੋੜਦੀ ਹਾਂ ਮੇਰੇ ਕੋ ਹੱਥ ਨਾ ਜੋੜ ਇਹੀ ਹੱਥ ਆ ਵੀ ਚਲਾਇਆ ਕਰ ਮਾੜੇ ਮੋਟੇ ਜਿਹੜਾ ਕੁਛ ਕਹਿਣਾ ਨਾ ਤੁਸੀਂ ਮੈਨੂੰ ਕਹਿ ਦਿਓ ਪਰ ਮੇਰੇ ਜਵਾਕਾਂ ਨੂੰ ਨਾ ਕੁਛ ਵੀ ਕਿਹਾ ਕਰੋ ਜਵਾਕ ਜੰਮ ਕੇ ਤੇ ਲੱਲਰ ਲਾ ਦਿੱਤੇ ਨੇ ਨਾਲੇ ਮੇਰਾ ਮੁੰਡਾ ਖਾ ਲਿਆ ਨਾਲੇ ਕੁਛ ਫੇਰ ਨਹੀਂ ਅੱਡ ਲੱਗੀ ਬੜਿਆ ਕਰਦਾ ਕੁਛ ਗੱਲਾਂ ਨਹੀਂ ਬੋਲਦੇ ਹੁੰਦੇ ਇਹਦੇ ਬਾਅਦ ਰੋਗ ਮੇਰੇ ਸਿਰ ਤੇ ਬਣਾ ਦੋ ਸਾਰਿਆਂ ਨੂੰ ਨਾਲੇ ਆਪ ਬੈਠੋ ਮੇਰੇ ਸਿਰ ਤੇ ਇੰਨਾ ਤਾਂ ਕੋਈ ਬਗਾਨਾ ਨਹੀਂ ਮੇਰੇ ਮਾਰਦਾ ਜਿਉਣ ਦੇ ਕੁੜੀ ਨੂੰ ਮੈਂ ਕਹਿੰਦਾ ਜਿਉਂਦਿਆਂ ਚ ਜਦੋਂ ਗੱਭਰੂ ਤੁਰ ਗਿਆ ਮੈਂ ਜਿਉਂਦਿਆਂ ਚ
ਇਹ ਕਿੱਥੇ ਜਾਵੇ ਹੁਣ ਆਪਣੇ ਹੌਸਲੇ ਕਰਕੇ ਬੈਠੀ ਆ ਇਹ ਹੈਗਾ ਤੂੰ ਹੌਸਲਾ ਦੇਣ ਨੂੰ ਦਿਲ ਚੱਲਿਆ ਕਰ ਹੌਸਲੇ ਕੋਈ ਨਾ ਰਾਜ ਦਾ ਪਹਾੜ ਬਣਾਇਆ ਕਰ ਚੀਰ ਦੇ ਉਹਨੂੰ ਉਹਦਾ ਇੱਕ ਤਾਂ ਸਿੱਧਾ ਸਾਈ ਨਹੀਂ ਹੈਗਾ ਮੈਂ ਮੁੜ ਕੇ ਉਹਦੇ ਬੇਟਿਆਂ ਨੂੰ ਪਿਆਸ ਕਰੀਆ ਆ ਕੇ ਜੇ ਉਹਦਾ ਦੇਖ ਲਏ ਦੁੱਖ ਆ ਤਕਲੀਫ ਆਤੀ ਉਹਨੂੰ ਰੱਬ ਦਾ ਵਾਸਤਾ ਜੀਣ ਦੇ ਉਹਨੂੰ ਬਾਅਦ ਉਹਦੇ ਘਰ ਉਹਦਾ ਆਪਣੇ ਕਰਕੇ ਬੈਠੀ ਉਹ ਹੋਰ ਨਹੀਂ ਹੁੰਦੀ ਉਹਨੂੰ ਕਦੋਂ ਦੀ ਭੱਗ ਜਾਂਦੀ ਇਹਦੇ ਇੱਡਾ ਜ਼ੁਲਮ ਸਹਿਣ ਦੇ ਬਾਅਦ ਵੀ ਇੱਥੇ ਆਓ ਜਾਵੇ ਤਾਂ ਜਾਵੇ ਕਿੱਧਰ ਉਹ ਉਹਦਾ ਵਿਚਾਲੇ ਫਸੀ ਹੋਈ ਆ ਵਿਚਾਲੇ ਫਸੀ ਹੋਈ ਆ ਮੈਂ ਫਸੀ ਹੋਈ ਆ ਵਿਚਾਲੇ ਨਾਲੇ ਜਿਹਨੂੰ ਇੱਡਾ ਵੱਡਾ ਦੁੱਖ ਲੱਗਿਆ ਹੈ ਰਿਸ਼ਤਾ ਰਿਸ਼ਤਾ ਕਾਹਦੇ ਕਰਕੇ ਟੁੱਟਿਆ ਮੈਂ ਕਿਹੜਾ ਕਹਿੰਦੀ ਕੋਈ ਕਾਜੀ ਸੀ ਕੁੜੀ ਚ ਮੈਂ ਤਾਂ ਆਪਸੀ ਵਿਆਹ ਕੇ ਤੋਰ ਦਿਆਂਗੇ ਪਰ ਉਹਦੇ ਕਰਕੇ ਹੋਇਆ ਜਵਾਬ ਜਿਹੜਾ ਨੱਚਦਾ ਫਿਰਦਾ ਚਾਰ ਚ ਫਿਰ ਅੰਦਰ ਬਾਹਰ ਚੱਲ ਹੋਰ ਹੋ ਜੂਗਾ ਬਥੇਰੀ ਸੋਹਣੀਆਂ ਸਾਰਾ ਆਪਣੀ ਜਾਨ ਵੀ ਹੋ ਜੂਗਾ ਸਾਰਾ ਕੁਛ ਹੋ ਜੂਗਾ ਪਰ ਰੱਬ ਦਾ ਵਾਸਤਾ ਮੈਂ ਬਾਰ ਬਾਰ ਹੱਥ ਜੋੜਦਾ ਇਹਨੂੰ ਕਲੇਸ਼ ਨੂੰ ਬੰਦ ਕਰ ਦੇ ਫਿਰ ਉਹਨੂੰ ਕਿੱਥੇ ਤੋਰ ਦੇਗਾ ਰਹੂਗੀ ਇੱਥੇ ਉਹ ਕਿਤੇ ਨੀ ਜਾਂਦੀ ਉਹ ਨਹੀਂ ਉਹਨੂੰ ਜਿਹੜਾ ਨੱਚਦਾ ਥਾਂ ਦਾ ਉਹਨੂੰ ਕਿੱਥੇ ਤੋਰ ਦੇਗਾ ਦੱਸਦਾ ਹੱਲ ਕੋਈ ਨਾ ਕੋਈ ਕਹਿੰਦਾ ਤਾਂ ਤੂੰ ਹੱਲ ਪਰਵੀਨ ਨੂੰ ਸਮਝਾ ਕੇ ਵੀ ਗੱਲ ਹੋ ਜੂਗੀ ਸਾਰੀ ਪਰ ਨਾ ਤੂੰ ਚੱਕਿਆ ਕਰ ਸਾਰਾ ਘਰ ਉੱਤੇ ਸਿਰ ਦੇ ਹੋਰ ਮੈਂ ਹੀ ਦੱਸਦੀ ਆ ਵੀ ਮੈਂ ਹੀ ਘਰ ਚੱਕਦੀ ਆ ਸਿਰ ਤੇ ਹਾਂ ਵੀ ਮੈਂ ਬੋਲਦੀ ਆ ਮੈਥੋਂ ਕਈਆਂ ਜਾਂਦੀਆਂ ਨੇ ਗੱਲਾਂ ਜਰੀਆਂ ਨਹੀਂ ਜਾਂਦੀਆਂ ਮੱਥਾ ਮਾਰੇ ਤੇਰੇ ਨਾਲ ਬੰਦਾ ਅੱਛਾ ਹੁਣ ਤੈਨੂੰ ਵੀ ਮੇਰੇ ਨਾਲ ਮੱਥਾ ਮਾਰਨਾ ਲੱਗਦਾ ਮੱਥਾ ਨਾ ਮਾਰ ਮੇਰੇ ਨਾਲ ਡਾਂਗ ਮਾਰ ਮੇਰੇ ਸਿਰ ਚ ਮਰ ਜਾ ਮੈਂ ਮੇਰਾ ਕੰਮ ਨਿਬੜੇ ਪਰਾਂ ਤੁਸੀਂ ਸਾਰੇ ਸੌਖੇ ਹੋ ਜਾਓ ਨਾ ਕੋਈ ਤੁਹਾਨੂੰ ਰੋਕਣ ਵਾਲਾ ਨਾ ਟੋਕਣ ਵਾਲਾ ਠੀਕ ਆ ਤੁਸੀਂ ਬਹਿ ਜਾ ਹੋਰ ਘਰ ਪਰਿਵਾਰ ਠੀਕ ਹੈ ਤੇਰਾ ਸਭ ਠੀਕ ਹੈ ਕਿਵੇਂ ਸੁਸਤ ਜੀ ਲੱਗ ਰਹੀ ਹੈ ਨਹੀਂ ਉਂਝ ਬਸ ਤੈਨੂੰ ਪਤਾ ਨਾ ਤੈਨੂੰ ਤਾਂ ਘਰ ਕਿੱਥੋਂ ਪਤਾ ਹੋਣਾ ਤੁਸੀਂ ਕਿਹੜਾ ਕਦੀ ਆਇਆ ਮੇਰਾ ਮੁੰਡਾ ਪੂਰਾ ਹੋ ਗਿਆ ਸੀ ਨਾ ਬਸ ਐਂ ਟੈਨਸ਼ਨਾਂ ਜਿਹੀਆਂ ਰਹਿੰਦੀਆਂ ਨੇ ਦਿਮਾਗ ਤੇ ਹੈ ਕੁੜੇ ਤਾਂ ਫਿਰ ਬਹੁਤ ਮਾੜਾ ਹੋਇਆ ਤੇਰੇ ਨਾਲ ਕਦੋਂ ਕਦੀ ਗੱਲ ਇਹ ਵਾਹਵਾ ਟਾਈਮ ਹੋ ਗਿਆ ਪਰ ਮਾਵਾਂ ਲਈ ਤਾਂ ਇਹ ਦੁੱਖ ਸਦਾ ਹੀ ਹਰਾ ਹੁੰਦਾ ਨਾ ਸਦਾ ਹੀ ਤਾਜ਼ਾ ਰਹਿੰਦਾ ਪਰ ਤੁਸੀਂ ਕਿਵੇਂ ਆਇਆ ਤੇ ਮੇਰੀ ਮਾਨਤ ਹੈ ਤੇਰੇ ਕੋਲੇ ਮਾਨਤ ਕਿਹੜੀ ਮਾਨਤ ਦੀ ਗੱਲ ਕਰਦੀ ਲੈ ਸਮਝੀ ਨੀ ਹੁਣ ਕਿਹੜੀ ਮਾਨਤ ਹੈ ਮੈਨੂੰ ਸਾਫ਼ ਸਾਫ਼ ਦੱਸ ਗੱਲ ਕੀ ਹੈ ਤੇਰਾ ਪੋਤਾ ਪੋਤਾ ਤੁਸੀਂ ਲੈ ਕੇ ਜਾਣਾ ਹੈ ਲੈ ਉਹ ਤਾਂ ਸਾਡੀ ਮਾਨਤਾ ਅਸੀਂ ਨਹੀਂ ਛੱਡਦੇ ਹੁੰਦੇ ਅੱਛਾ ਪੱਕਾ ਲੈ ਕੇ ਜਾਏਗੀ ਤੂੰ ਉਹਨਾਂ ਨੂੰ ਪੱਕਾ ਲੈ ਕੇ ਜਾਊ ਯਕੀਨ ਨਹੀਂ ਹੈਗਾ ਅੱਛਾ ਉਹਨਾਂ ਕੀ ਭਲੇ ਦੋ ਪੱਕਾ ਅੱਛਾ ਫਿਰ ਮੈਂ ਆਵਾਜ਼ ਮਾਰਾਂ ਉਹਨੂੰ ਬੁਲਾ ਬੁਲਾ ਛੇਤੀ ਬੁਲਾ ਕਿੱਥੇ ਆ ਸੋਨੂ ਦਾਦੀ ਹਾਂ ਬਹਿ ਪੁੱਤੇ ਸ਼ੇ ਆ ਤੇਰੀ ਆਂਟੀ ਆਈ ਤੈਨੂੰ ਲੈਣ ਵਾਸਤੇ ਮੈਂ ਕਿੱਥੇ ਜਾਣਾ ਨਹੀਂ ਪੁੱਤ ਉਹ ਤੈਨੂੰ ਉਂਝ ਲੈਣ ਆਏ ਨੇ ਪੁੱਤ ਤੂੰ ਮੇਰੇ ਨਾਲ ਰਹੇਗਾ ਮੈਂ ਤੇਰੀ ਮਾਂ ਹੁਣ ਨਹੀਂ ਤੁਸੀਂ ਹੈਗਾ ਮੇਰੀ ਮੰਮਾ ਨਹੀਂ ਪੁੱਤ ਮੈਂ ਤੈਨੂੰ ਪਾਲੂੰਗੀ ਬਹੁਤ ਪਿਆਰ ਨਾਲ ਰੱਖੂੰਗੀ ਨਹੀਂ ਮੈਂ ਨਹੀਂ ਤੁਹਾਡੇ ਨਾਲ ਜਾਵਾਂ ਨਾ ਪੁੱਤ ਕੁਛ ਨਹੀਂ ਹੁੰਦਾ ਫਿਰ ਕੀ ਹੈ ਦਾਦੀ ਮੈਂ ਨਹੀਂ ਨਾਲ ਜਾਵਾਂ ਉਹ ਪੁੱਤ ਉਹ ਫਿਰ ਆ ਜੀ ਉਹ ਥੋੜੇ ਦਿਨ ਵਾਸਤੇ ਆਏ ਲੈਣ ਆਏ ਨੇ ਤੈਨੂੰ ਮੈਂ ਨਹੀਂ ਦਾਦੀ ਨਾਲ ਜਾਣਾ
ਲੈ ਜਾ ਲੈ ਜਾ ਚੱਲ ਘੁੰਮ ਕੇ ਆ ਜੀ ਤੂੰ ਆ ਜਾ ਲੈ ਜਾ ਲੈ ਜਾ ਚੱਲ ਸਿਆਣੀ ਬਣ ਸਿਆਣੀ ਬਣ ਇਹ ਨਹੀਂ ਰਹਿੰਦੇ ਹੁੰਦੇ ਘਰਾਂ ਦੇ ਵਿੱਚ ਸਾਡੀ ਮਾਨਤਾ ਇਹ ਸਾਡੇ ਨਾਲੇ ਸੁਝਦੇ ਨੇ ਸਾਡੇ ਨਾਲੇ ਸੋਹਣੇ ਲੱਗਦੇ ਨੇ ਸਮਝੋ ਪਰ ਗੱਲ ਨੂੰ ਇਹ ਸਾਡੇ ਨਾਲੇ ਹੀ ਰਹਿ ਸਕਦੇ ਨੇ ਤੁਹਾਡੇ ਨਾਲ ਨਹੀਂ ਰਹਿ ਸਕਦੇ ਸਮਾਜ ਅੱਗੇ ਖੜਨਾ ਵੀ ਹੈ ਕੁੜੀ ਵੀ ਰਹਿ ਰਹੀ ਹੈ ਚੱਲ ਚੱਲ ਪੁੱਤ ਕੁੜੀ ਕੰਨੀ ਦੇਖ ਆਉਂਦੀ
ਆਪਦੀ ਕੁੜੀ ਕੰਨੀ ਦੇਖ। ਮਾਰਿਆ ਨਾ ਜੜਾਂ ਤੇ ਲੱਗਣਾ ਤਾਂ ਮੂੰਹ ਦੂਜੇ ਪਾਸੇ ਲਾ ਦਿਆਂਗੀ। ਜਿਉਂਦਾ ਜਾਗਦਾ ਜਦੋਂ ਮਰਜੀ ਜਾ, ਜਦੋਂ ਮਰਜੀ ਮਿਲ ਉਹਨੂੰ, ਮੇਰੇ ਵੱਲ ਵੇਖ। ਮੈਂ ਵੀ ਦਿਲ ਤੇ ਪੱਥਰ ਧਰਿਆ, ਤੈਨੂੰ ਕੀ ਲੱਗਦਾ ਮੈਂ ਪੱਥਰ ਆ? ਨਹੀਂ, ਕਲੇਜਾ ਮੋਮ ਨਾਲੋਂ ਵੀ ਜ਼ਿਆਦਾ ਨਰਮ ਹੁੰਦਾ। ਤੁਸੀਂ ਤਾਂ ਮੈਨੂੰ ਹਰ ਵੇਲੇ ਮਾੜੀ ਸਮਝਦੇ ਹੋ ਸਾਰੇ, ਵੀ ਮੈਂ ਮਾੜੀ ਆ, ਪਰ ਨਹੀਂ, ਮੈਂ ਵੀ ਕਮਾਂ। ਮੈਂ ਸਮਾਜ ਵੱਲੋਂ ਵੀ ਵੇਖਦੀ ਆ, ਸਮਾਜ ਦੀ ਵੀ ਵੇਖਣਾ ਪੈਂਦਾ। ਪਰ ਮਾਂ ਮੇਰਾ ਕੀ, ਸਮਾਜ ਦਾ ਤਾਂ ਤੂੰ ਦੇਖ ਲਿਆ, ਮੇਰਾ ਦਿਲ ਤਾਂ ਨੀ ਤੈਨੂੰ ਦੀ ਗਿਆ। ਪਰਵੀਨ, ਤੂੰ ਪੁੱਤ ਹੌਸਲਾ ਰੱਖ, ਅਸੀਂ ਤੈਨੂੰ ਨਾ ਮਲਵਾ ਕੇ ਲੈ ਕੇ ਆਵਾਂਗੇ, ਠੀਕ ਆ? ਸੋਚਿਆ ਸੀ ਆ ਕੁੜੀ ਨੂੰ ਵਿਆਹ ਕੇ ਤੋਰ ਦਿਆਂਗੇ, ਪਰ ਨਹੀਂ, ਰਿਸ਼ਤਾ ਕਿਹਦੀ ਵਜ੍ਹਾ ਤੋਂ ਟੁੱਟਿਆ? ਇਹਦੀ ਤੋਂ। ਜਿੱਥੇ ਜੀ ਕਰਦਾ ਨਚਲਾਵਾਂ ਕੋ ਨੱਚਣ ਲੱਗ ਜਾਂਦਾ, ਗਮੀ ਚ ਖੁਸ਼ੀ ਚ ਨੱਚਣ ਲੱਗ ਜਾਂਦਾ, ਕੀ ਕਰੀਏ? ਪਰ ਮੰਮੀ ਜੀ, ਇਹ ਜੋਦਾ ਵੀ ਕੀ ਕਸੂਰ ਆ? ਮੈਨੂੰ ਪੁੱਛ ਕੇ ਵੇਖ, ਜਿਹਦੇ ਘਰ ਦਾ ਵਜੂਦ ਖਤਮ ਹੋ ਗਿਆ, ਸਭ ਕੁਛ ਖਤਮ ਹੋ ਗਿਆ, ਮੇਰੇ ਘਰ ਦੀ ਅਣਸਾ ਤਾਂ ਨਹੀਂ ਵਧੀ? ਮੇਰੇ ਘਰ ਦੀ ਅਣਸਾ ਤਾਂ ਨਹੀਂ ਵਧੀ? ਸੋਚਿਆ ਸੀ ਕੋਈ ਵਾਰਸ ਹੋਵੇਗਾ, ਪਰ ਜਿਹੜਾ ਹੈਗਾ ਸੀ ਨਾ, ਮੇਰਾ ਤੇ ਉਹ ਵੀ ਚਲਿਆ ਗਿਆ। ਮੰਮਾ ਤੁਸੀਂ ਰੋ ਨਾ, ਮੈਂ ਹੈਗੀ ਆ ਨਾ, ਹੋਰ ਮੈਂ ਕੀ ਕਰਾਂ? ਮੈਂ ਤਾਂ ਆਪਦੇ ਕਰਮਾਂ ਨੂੰ ਰੋਣੀ ਆ। ਮੈਨੂੰ ਪਤਾ ਨਾ ਮੈਂ ਜੰਨਤ ਨੂੰ ਕਿੰਨੇ ਲਾਡਾ ਪਿਆਰਿਆਂ ਨਾਲ ਪਾਲਿਆ, ਪਰ ਹੁਣ ਕਿਹਦੇ ਆਸਰੇ ਜੀਵਾਂ? ਤੂੰ ਮੈਨੂੰ ਆਪ ਹੀ ਦੱਸ, ਪਹਿਲਾਂ ਤੇਰਾ ਪਿਓ ਮੇਰਾ ਸਾਥ ਛੱਡ ਗਿਆ, ਹੁਣ ਇਹ, ਤੂੰ ਵੀ ਕਿੰਨਾ ਕੁ ਟਾਈਮ ਬੈਠੀ ਰਹੇਗੀ ਮੇਰੇ ਕੋਲੇ? ਇੱਕ ਨਾ ਇੱਕ ਦਿਨ ਤੈਨੂੰ ਵੀ ਤਾਂ ਵਿਆਹਣਾ ਹੀ ਆ ਨਾ। ਜੇ ਤੂੰ ਵੀ ਚਲੇ ਗਈ, ਮੇਰੇ ਤਾਂ ਕੌਣ ਹੋਊਗਾ ਇੱਥੇ? ਮੈਂ ਤਾਂ ਜਮੀ ਇਕੱਲੀ ਰਹਿ ਜੂੰਗੀ, ਕਿਉਂ ਨੀ ਸਮਝਦੇ ਹੈਗੇ? ਜਦ ਦੇਖੋ ਬਸ ਸਮਾਜ ਸਮਾਜ ਸਮਾਜ, ਸਾਡੀਆਂ ਕੋਈ ਭਾਵਨਾਵਾਂ ਨੀ ਹੈਗੀਆਂ, ਕਿਉਂ ਨੀ ਸਮਝਦੇ ਹੈਗੇ ਮੈਨੂੰ? ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ, ਪਰ ਨਹੀਂ, ਹਰ ਵਕਤ ਇਹਨਾਂ ਨੇ ਆਪਣੀ ਅੜੀ ਕਰਨੀ ਹੁੰਦੀ ਹੈ। ਮੈਨੂੰ ਪਤਾ ਮੈਨੂੰ ਇੱਕ ਇੱਕ ਮਿੰਟ ਕਿਵੇਂ ਕੱਢਣਾ ਔਖਾ ਹੋਇਆ ਪਿਆ ਸੀ, ਪਰ ਫਿਰ ਵੀ ਨਾ ਮੈਂ ਤੁਹਾਡੇ ਦੋਨਾਂ ਦੇ ਵਾਸਤੇ ਆਪਣੀ ਜ਼ਿੰਦਗੀ ਕੱਟੀ ਕਿ ਨਹੀਂ? ਇਹ ਬੱਚੇ ਵੱਡੇ ਹੋਣਗੇ, ਪਰ ਮੈਨੂੰ ਕੀ ਇਨਾਮਦਾਰੀ ਮਿਲੀ? ਹਾਂ, ਨਾ ਤਾਂ ਤੇਰੀ ਦਾਦੀ ਨੇ ਮੇਰੀ ਕਦਰ ਪਾਈ, ਨਾ ਹੀ ਕਿਸੇ ਹੋਰ ਨੇ। ਉੱਥੇ ਗਈ ਤੇਰੀ ਮਾਮੀ ਬੋਲਦੀ ਰਹਿੰਦੀ ਸੀ ਹਰ ਵਕਤ,
ਬਹੁਤ ਹੋ ਰਿਹਾ ਈ ਤਾਂ ਸੋਚਿਆ ਸੀ ਕਿ ਚੱਲ ਉਰੇ ਤਾਂ ਮੇਰੇ ਦਿਨ ਵਧੀਆ ਲੰਘਣਗੇ ਪਰ ਤੇਰੇ ਡੈਡੀ ਨੇ ਆਪ ਤਾਂ ਖੁਦਕੁਸ਼ੀ ਕਰਕੇ ਆਪਣਾ ਛੁਟਕਾਰਾ ਪਾ ਲਿਆ ਮੇਰੇ ਬਾਰੇ ਤਾਂ ਉਹਨੇ ਜਮਾ ਹੀ ਨਹੀਂ ਨਾ ਸੋਚਿਆ ਹੁਣ ਤੂੰ ਆਪ ਹੀ ਦੱਸ ਮੈਂ ਕਿੱਧਰ ਜਾਵਾਂ ਕੀ ਕਰਾਂ ਮੈਂ ਨਹੀਂ ਜਾਣਗੀ ਤੂੰ ਤਾਂ ਅਜੇ ਨਿਆਣੀ ਤੂੰ ਨਹੀਂ ਨਾ ਸਮਝੇਂਗੀ ਇਹ ਸਭ ਗੱਲਾਂ ਨੂੰ ਤੈਨੂੰ ਪਤਾ ਮੈਨੂੰ ਨਾ ਹੁਣ ਐ ਲੱਗ ਰਿਹਾ ਜਿਵੇਂ ਕਿਸੇ ਨੇ ਮੇਰੀ ਰੂਹ ਕੱਢ ਕੇ ਬਾਹਰ ਦਿੱਤੀ ਹੋਵੇ ਦਿਲ ਕਰਦਾ ਮੈਂ ਆਪਦੇ ਹੱਥ ਨੂੰ ਕਦਮ ਕਰ ਲਵਾਂ